ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ 'ਚ ਲਾਓ ਤੇ ਮੈਨੂੰ ਕਰਨ ਸ਼ਰਮਾ ਤੋਂ ਕਰਨਦੀਪ ਸਿੰਘ ਬਣਾ ਦਿਓ ਜਦੋਂ ਜੰਮੂ ਮੈਨੂੰ ਅੰਨੇ ਮੇਰੇ ਕੰਪਨੀ ਕਮਾਂਡਰ ਨੇ ਕਿਹਾ ਵੀ ਤੂੰ ਦਾੜੀ ਕੱਟ ਦੇ ਤੇ ਮੈਂ ਆਪਣੀ ਬਹੁਤ ਬੇਇੱਜ਼ਤੀ ਸਮਝੀ ਇਸ ਗੱਲ 'ਚ ਕਿ ਜੇ ਉਸ ਮੇਰੇ ਪਿਤਾ ਵਾਹਿਗੁਰੂ ਜੀ ਨੇ ਸਾਰਾ ਸਰਬੰਸਵਾਰਤਾ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਸਾਰਾ ਸਰਬੰਸਵਾਰਤਾ ਜੇ ਕਰਨ ਤੂੰ ਅੱਜ ਦਾੜੀ ਕਟਾਤੀ ਤੇ ਬੇਇੱਜ਼ਤੀ ਹੋ ਜਾਣੀ ਸਾਰੀ ਕੰਪਨੀ ਦੇ ਸਾਹਮਣੇ ਮੇਰਾ ਜੋ ਨਾਮ ਸੀ ਕਰਨ ਸ਼ਰਮਾ ਮੈਂ ਇੱਕ ਪੰਡਤ ਜਾਤੀ ਨੂੰ ਬਿਲੋਂਗ ਕਰਦਾ ਸੀ ਮੇਰੇ ਪਿੰਡ ਦਾ ਨਾਮ ਮਿਰਜਾ ਜਾਣੇ ਤੇ ਮੇਰਾ ਨਾਮ ਕਰਨ ਸ਼ਰਮਾ ਸੀ ਤੇ ਮੇਰਾ ਸ਼ੁਰੂ ਤੋਂ ਹੀ ਇਹ ਸੁਪਨਾ ਸੀ ਮੈਂ ਗੁਰੂ ਮਹਾਰਾਜ ਜੀ ਨਾਲ ਪਿਆਰ ਬਹੁਤ ਜ਼ਿਆਦਾ ਕਰਦਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕੈਮਰਾ ਇੱਕ ਸ਼ੁਭਨਾ ਸੀ ਵੀ ਮੈਂ ਆਪਣਾ ਗੁਰੂ ਵਾਲਾ ਬਣਾ ਅਮਰਤ ਸ਼ਕਾ ਤੇ ਜਿਹੜੀ ਜ਼ਿੰਦਗੀ ਆ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ گزارਾਂ ਤੇ ਮੈਂ ਬੀਐਸਐਫ ਦੇ ਵਿੱਚ ਭਰਤੀ ਹੋ ਗਿਆ ਜੀ 2010 ਦੇ ਵਿੱਚ ਤੇ ਜਦੋਂ ਮੈਂ ਭਰਤੀ ਹੋ ਗਿਆ ਉੱਥੇ ਜਾ ਕੇ ਵੇਖਿਆ ਵੀ ਇੱਥੇ ਤੇ ਹਸਾਬ ਕਿਤਾਬ ਜਿਹੜਾ ਉਹ ਇੱਕ ਅਲੱਗ ਟਾਈਪ ਦਾ ਤੇ ਜੀ ਰਾਤ ਨੂੰ ਡਿਊਟੀ ਦਿਨੇ ਡਿਊਟੀ ਬਾਰਡਰਾਂ ਦੀ ਡਿਊਟੀ ਬਡ ਸਕਿਉਰਟੀ ਫੋਰਸ ਜਿਹੜੀ ਉਥੇ ਰਹਿ ਕੇ ਤੇ ਫਿਰ ਮੈਂ ਜਿਹੜਾ ਸੀਗਾ ਮੈਨੂੰ ਮੇਰੇ ਜੜੀਆਂ ਦਿਲ ਦੀਆਂ ਰੀਜਾਂ ਉਹ ਮੱਲਾ ਪੂਰੀਆਂ ਨਹੀਂ ਸੀ ਹੋਈਆਂ ਜੀ ਤੇ ਮੈਂ ਵਾਹਿਗੁਰੂ ਜੀ ਅੱਗੇ ਦਿਨ ਰਾਤ ਅਰਦਾਸ ਡਿਊਟੀ ਤੇ ਵੀ ਇਹੀ ਕਰਨੀ ਕਿ ਸੱਚੇ ਪਿਤਾ ਵਾਹਿਗੁਰੂ ਜੀ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਨਾਲ ਲਾਓ ਤੇ ਮੈਨੂੰ ਕਰਨ ਸ਼ਰਮਾ ਤੋਂ ਕਰਨਦੀਪ ਸਿੰਘ ਬਣਾ ਦਿਓ ਤੇ ਸੱਚੇ ਪਿਤਾ ਵਾਹਿਗੁਰੂ ਜੀ ਦੀ ਜਿਹੜੀ ਕਿਰਪਾ ਹੈ ਜੀ ਮੇਰੇ ਤੇ ਹੁਣ 27 ਜਨਵਰੀ ਆ ਜਿਹੜਾ ਮਹੀਨਾ ਪਿਛਲਾ ਸੀ 27 ਜਨਵਰੀ ਨੂੰ ਹੋਈ ਆ ਜੀ ਤੇ ਬਾਕੀ ਮੇਰੇ ਚਾਚਾ ਜੀ ਏਐਸਆਈ ਸੁਖਵਿੰਦਰ ਸਿੰਘ ਮੇਰਾ ਵੀਰ ਤਜਿੰਦਰ ਸਿੰਘ ਬਾਜਵਾ ਤੇ ਸਾਡੇ ਬਹੁਤ ਹੀ ਜਿਹੜੇ ਗੁਰੂ ਘਰ ਜੀ ਦੇ ਵਜ਼ੀਰ ਸਾਡੇ ਹੈੱਡ ਗ੍ਰੰਥੀ ਸਾਹਿਬ ਸਰਦਾਰ ਬਲਬੀਰ ਸਿੰਘ ਜੀ ਇਹ ਸਾਡੇ ਵੱਡੇ ਭਾਜੀ ਨੇ ਤੇ ਸਾਨੂੰ ਛੋਟੇ ਵੀਰਾਂ ਵਾਂਗੂ ਸ਼ੁਰੂ ਤੋਂ ਇਹਨਾਂ ਪ੍ਰੇਰਿਤ ਕੀਤਾ ਤੇ ਇੰਨਾ ਵੀ ਕਈ ਵਾਰੀ ਅਰਦਾਸ ਕਰਨੇ ਵੀ ਵਾਹਿਗੁਰੂ ਜੀ ਇਹਨੂੰ ਚਰਣਾ ਨਾ ਲਾਓ ਤੇ ਜੀ ਮੈਂ ਇੱਕ ਕਰਨ ਸ਼ਰਮਾ ਤੋਂ ਜਿਹੜਾ ਹੁਣ ਕਰਨਦੀਪ ਸਿੰਘ ਬਣ ਗਿਆ ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਤਾਈ ਤਰੀਕ ਨੂੰ ਮੇਰੇ ਤੇ ਹੋਈ ਆ ਮੇਰੀ ਜਿਹੜੀ ਲਾਈਫ ਬਦਲੀ ਆ ਉਹ ਮੇਰੇ ਵਾਹਿਗੁਰੂ ਜੀ ਨੇ ਬਦਲੀ ਆ ਤੇ ਜਿਹੜੀ ਮੇਰੀ ਮੇਨ ਘਟਨਾ ਰਹੂਗੀ ਉਹ ਜਿਹੜੀ ਡਿਊਟੀ ਦੇ ਦੌਰਾਨ ਜੰਮੂ ਮੇਰੀ ਡਿਊਟੀ ਸੀ ਵੀ ਮੇਰਾ ਕੰਪਨੀ ਕਮਾਂਡਰ ਮਦਰਾਸ ਦਾ ਸੀ ਉਹਨੂੰ ਸਿੱਖ ਧਰਮ ਦੇ ਰੂਲਾਂ ਬਾਰੇ ਕੁਝ ਨਹੀਂ ਪਤਾ ਹੈਗਾ ਕਿਉਂਕਿ ਜਿਹੜੇ ਇੱਥੇ ਹਰ ਇੱਕ ਸਟੇਟ ਦੇ ਲੋਕ ਜੂਪੀ ਐਮਪੀ ਇਹਨਾਂ ਨੂੰ ਸਿੱਖ ਧਰਮ ਬਾਰੇ ਕੁਝ ਪਤਾ ਨਹੀਂ ਆ ਇਹਨਾਂ ਨੂੰ ਇਹ ਹੁੰਦਾ ਵੀ ਜਾਰੇ ਸ਼ਰਮਾ ਆ ਤੇ ਗੁਰਦੁਆਰੇ ਨਹੀਂ ਜਾ ਸਕਦਾ ਇਹਨਾਂ ਦੀ ਇਹ ਜਿਹੜੀ ਗਲਤਫਹਿਮੀ ਆ ਇਹ ਪਤਾ ਨਹੀਂ ਕਦੋਂ ਦੂਰ ਹੋਣੀ ਆ ਮੈਨੂੰ ਤੇ ਪਤਾ ਨਹੀਂ ਇਸ ਕਰਕੇ ਮੈਂ ਨਹੀਂ ਟੈਨਸ਼ਨ ਨਹੀਂ ਲਈ ਮੈਂ ਇੱਕ ਸੱਚੇ ਪਤਾ ਵਾਹਿਗੁਰੂ ਜੀ ਨੂੰ ਮੰਨਦਾ ਧੰਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਉਹਨਾਂ ਨੇ ਮੇਰੀ ਲਾਈਫ ਬਹੁਤ ਸੋਹਣੀ ਕਰਤੀ ਆ ਤੇ ਹੁਣ ਮੈਨੂੰ ਆਪਣੇ ਚਰਨਾਂ ਦੇ ਨਾਲ ਲਾਇਆ ਹੈ ਜੀ ਤੇ ਜਿਹੜੀ ਮੇਨ ਘਟਨਾ ਮੇਰੀ ਮੇਰੀ ਜ਼ਿੰਦਗੀ ਮੇਰੀ ਲਾਈਫ ਬਦਲਣ ਵਾਲੀ ਕਿਉਂਕਿ ਜਦੋਂ ਜੰਮੂ ਮੈਨੂੰ ਅੰਨੇ ਮੇਰੇ ਕੰਪਨੀ ਕਮਾਂਡਰ ਨੇ ਕਿਹਾ ਵੀ ਤੂੰ ਦਾੜੀ ਕੱਟ ਦੇ ਤੇ ਮੈਂ ਆਪਣੀ ਬਹੁਤ ਬੇਇੱਜ਼ਤੀ ਸਮਝੀ ਇਸ ਗੱਲ 'ਚ ਕਿ ਜੇ ਉਸ ਮੇਰੇ ਪਿਤਾ ਵਾਹਿਗੁਰੂ ਜੀ ਨੇ ਸਾਰਾ ਸਰਬੰਸਵਾਰਤਾ ਕਲਗੀਆਂ ਵਾਲੇ ਪਾਸ਼ਾ ਜੀ ਨੇ ਸਾਰਾ ਸਰਬੰਸਵਾਰਤਾ ਤੇ ਜੇ ਕਰਨ ਤੂੰ ਅੱਜ ਦਾੜੀ ਕਟਾਤੀ ਤੇ ਬੇਇੱਜ਼ਤੀ ਹੋ ਜਾਣੀ ਸਾਰੀ ਕੰਪਨੀ ਦੇ ਸਾਹਮਣੇ ਤੇ ਕਰਨ ਕਦੇ ਵੀ ਝੁਕਦਾਨੀ ਆ ਇਸ ਸਿਰਫ ਕਰਨ ਦੀਪ ਸਿੰਘ ਝੁਕੂਗਾ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕੂਗਾ ਤੇ ਮੇਰੀ ਇਹੀ ਅਰਦਾਸ ਆ ਤੇ ਸਿਰਫ ਇਹ ਦਾੜੀ ਵਾਲੀ ਕਟਨਾ ਨੇ ਜਿਹੜੀ ਮੇਰੀ ਲਾਈਫ ਆ ਚੇਂਜ ਕੀਤੀ ਹੈ ਜੋ ਸਾਡੇ ਛੋਟੇ ਵੀਰ ਕਰਨ ਸ਼ਰਮਾ ਤੋਂ ਕਰਨਦੀਪ ਸਿੰਘ ਬਣਿਆ ਹੈ ਵਾਹਿਗੁਰੂ ਬੜੀ ਕਿਰਪਾ ਕੀਤੀ ਇਹਨਾਂ ਦੀ ਇਹਨਾਂ ਨੇ ਇਤਨਾ ਦ੍ਰਿੜਤਾ ਸਿੱਖਾਂ ਚ ਜੋ ਨੇ ਪੜਿਆ ਸੁਣਿਆ ਤੋਂ ਵਾਹਿਗੁਰੂ ਨੇ ਬਖਸ਼ਿਸ਼ ਕੀਤਾ ਹੋ ਜਿਵੇਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਲਾਈਫ ਬਾਰੇ ਦੱਸਿਆ ਵਾ ਉਹ ਆਪ ਸਭ ਨੇ ਸੁਣਿਆ ਹੈ ਤੇ ਇਸ ਤੋਂ ਇਲਾਵਾ ਜਿਹੜਾ ਉਹਨਾਂ ਨਾਲ ਸਭ ਤੋਂ ਵੱਡੀ ਗੱਲ ਕੀਤੀ ਹੈ ਨਾ ਕਿ ਸਿਰਸਿਰ ਜਿੱਕ ਸਮਵਾਇ ਠਾਕਰ ਕਾਹੇ ਮਨਪਾਉ ਕਰਿਆ ਤੇ ਇਹ ਜਿਹੜਾ ਇਹਦਾ ਇਨਸਾਨ ਦੇ ਕਰਮਾਂ ਜਿ ਜੋ ਲਿਖਿਆ ਹੁੰਦਾ ਹੈ ਨਾ ਉਹੀ ਹੁੰਦਾ ਹੈ ਜਿਵੇਂ ਉਹਦਾ ਆਦਾ ਦਾ ਦ੍ਰਿੜ ਇਰਾਦਾ ਹੈ ਕਿ ਮੈਂ ਸੰਗੀਤ ਤੋਂ ਇਲਾਵਾ ਆਪਣੀ ਸਾਰੀ ਪਿਛਲੀ ਲਾਈਫ ਦੱਸ ਕੇ ਕਿ ਮੈਨੂੰ ਉਥੇ ਜਿਵੇਂ ਮੈਨਾਂ ਵਿਕਰਾ ਹੋਇਆ ਜਾਂ ਜੋ ਬਟਾਲੀਆਂ ਵਿੱਚ ਹੁੰਦਿਆ ਸੀਗਾ ਤੇ ਮੈਂ ਉਥੋਂ ਸੰਤੁਸ਼ਟ ਨਹੀਂ ਸੀ ਤੇ ਇਸ ਤਾਕਿ ਵੀ ਇਨਸਾਨ ਦਾ ਦ੍ਰਿੜ ਇਰਾਦਾ ਹੋਵੇ ਤੋ ਬੜੇ ਬੜੇ ਉੱਚੇ ਮਕਾਮਾਂ ਤੇ ਪਹੁੰਚ ਜਾਂਦਾ ਹੈ ਤੋ ਇਹ ਜ ਸਿੰਘ ਇਹ ਕਰਨ ਦੀਪ ਸਿੰਘ ਇਹ ਬਾਬੇ ਦੀ ਬੜੀ ਕਿਰਪਾ ਹੋਈ ਹੈ ਇਹਨਾਂ ਦੀ ਤੇ ਜੋ ਦ੍ਰਿੜ ਇਰਾਦਾ ਸਭ ਤੋਂ ਵੱਡਾ ਹੈ ਬੰਦੇ 'ਚ ਦ੍ਰਿੜ ਇਰਾਦਾ ਦ੍ਰਿੜ ਇਰਾਦੇ ਵਾਲੇ ਬੰਦੇ ਬੜੇ ਬੜੇ ਮੰਜ਼ਲੇ ਪਹੁੰਚ ਪ੍ਰਾਪਤ ਕਰ ਲੈਂਦੇ ਨੇ ਤੋ ਮੈਂ ਤਨਾ ਕਹਾਂ ਕਹਾਂ ਇਹੋ ਜਿਹੇ ਸਿੰਘ ਹੋਰ ਪੈਦਾ ਹੋਣ ਤੇ ਇੱਕ ਅ ਦ੍ਰਿੜ ਅਰਾਦੀ ਵਾਲੇ ਹੋਣ ਆਪਣੇ ਵੀਰ ਜੇ ਕਰਨਰ ਸ਼ਰਮਾ ਸਾਹਿਬ ਜੀ ਜੋ ਕਰਨ ਵੀਰ ਸਿੰਘ ਬਣੇ ਨੇ ਉਹਨਾਂ ਦੀ ਬਹੁਤ ਹੀ ਪੁਰਾਣੀ ਸਾਡੀ ਗੁੜੀ ਯਾਰੀ ਹੈ ਬਚਪਨ ਤੋਂ ਹੀ ਤੇ ਇਹ ਵੀ ਐਸਐਸ ਵਿੱਚ ਭਰਤੀ ਹੋ ਗਏ ਸੀ ਤੇ ਮੈਂ ਆਰਮੀ ਦੇ ਵਿੱਚ 19 ਸਾਲ 8 ਮਹੀਨੇ ਜੌਬ ਕਰਕੇ ਆ ਚੁੱਕਾ ਤੇ ਵੀਰ ਦਾ ਮੈਨੂੰ ਬੜੀ ਵਾਰ ਖੂਨ ਹੋਣਾ ਯਾਰ ਤੇਰੇ ਮੈਗਮੇ ਵਿੱਚ ਆਰਮੀ ਉਹਦੇ ਵਿੱਚ ਕੀ ਚੱਲ ਰਿਹਾ ਏਦਾਂ ਯਾਰ ਮੇਰੇ ਅਫਸਰ ਮੈਨੂੰ ਏਦਾਂ ਕਹਿੰਦੇ ਆ ਪਰ ਇਹਨੂੰ ਮੈਂ ਬੜੀ ਵਾਰ ਦੱਸਿਆ ਯਾਰ ਮੇਰੇ ਅਫਸਰ ਕੰਪਨੀ ਕਮਾਂਡਰ ਹੈ ਜਿਹਨੂੰ ਸੂਬੇਦਾਰ ਸੀਓ ਸਾਹਿਬ ਹੈ ਤੋ ਕਹਿੰਦੇ ਤੁਸੀਂ ਸਿੱਖ ਧਰਮ ਨਾਲ ਸੰਬੰਧਤ ਹੋ ਜੋ ਵੀ ਤੁਹਾਡਾ ਆਉਂਦਾ ਗੁਰਨਾਨ ਦੇਵ ਜੀ ਦਾ ਜਨਮ ਦਿਨ ਆਉਂਦਾ ਹੈ ਐਤਵਾਰ ਤੁਸੀਂ ਗੁਰੂ ਘਰ ਜਾਓ ਆਪਣਾ ਗੁਰੂ ਘਰ ਜੋ ਵੀ ਤੁਸੀਂ ਅਰਦਾਸ ਕਰਨੀ ਬੇਨਤੀ ਕਰਨੀ ਕਰੋ ਤੇ ਮਨਾਓ ਆਪਣਾ ਦਿਹਾੜਾ ਜਾ ਕੇ ਤੇ ਇਹਨੇ ਮੈਨੂੰ ਦੱਸਣਾ ਯਾਰ ਮੈਂ ਇੰਨਾ ਇਦਾਂ ਮੈਂ ਸ਼ਰਮਾਤ ਮੈਂ ਉਹਨਾਂ ਨੂੰ ਕਹਿਣਾ ਕਿ ਮੈਂ ਦਾੜੀ ਰੱਖਣਾ ਚਾਹੁੰਨਾ ਕੇਲ ਰੱਖਣਾ ਚਾਹੁੰਨਾ ਮੈਂ ਗੁਰੂ ਵਾਲਾ ਬਨਣਾ ਚਾਹੁੰਦਾ ਹਾਂ ਤਾਂ ਮੈਨੂੰ ਜਾਨ ਨਹੀਂ ਦਿੰਦੇ ਯਾਰ ਜੇ ਗੁਰਦੁਆਰੇ ਜਾਵਾਂ ਉੱਥੇ ਮੇਰਾ ਕੰਪਨੀ ਕਮਾਂਡਰ ਡਾਕਦਾ ਪਰ ਇਹਨੇ ਮੈਂ ਦੱਸਿਆ ਮੈਂ ਇਹ ਯਾਰ ਤੂੰ ਦੱਸ ਉਹਨਾਂ ਨੂੰ ਕਿ ਮੈਂ ਇਦਾਂ ਧਰਮ ਆਪਣਾ ਪਰਵਰਤਨ ਕਰਨਾ ਚਾਹੁੰਦਾ ਮੈਂ ਗੁਰੂ ਦਾ ਨਾਮ ਮੇਰਾ ਬਹੁਤ ਪਿਆਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਵੀਰ ਨੇ ਮੈਨੂੰ ਬੜੀ ਵਾਰੀ ਦੱਸਿਆ ਇਹਨਾਂ ਨੇ ਕੋਸ਼ਿਸ਼ ਵੀ ਕੀਤੀ ਆ ਇਹਨੇ ਮੈਨੂੰ ਹਰ ਵਾਰੀ ਕਹਿਣਾ ਭਰਾ ਮੈਨੂੰ ਤਾਂ ਜਦੋਂ ਵੀ ਮੈਂ ਉਹਨਾਂ ਨੂੰ ਕਹਿ ਤੇ ਕਾਫੀ ਚਿਰ ਤੋਂ ਫਿਰ ਇਹਦਾ ਨੰਬਰ ਚੇਂਜ ਹੋ ਗਿਆ ਸਾਡਾ ਸੰਪਰਕ ਟੁੱਟ ਗਿਆ ਤੇ ਮੈਂ ਲਟੈਰ ਆ ਗਿਆ ਇਹ ਵੀਰ ਵੀ ਆਇਆ ਤੇ ਪਿੰਡ ਦੇ ਵਿੱਚ ਇੰਨੇ ਮਨੂ ਆਣ ਕੇ ਪੂਰੀ ਆਪਣੀ ਕਹਾਣੀ ਦੱਸੀ ਵੀਰ ਜੀ ਇਦਾਂ ਮੈਂ ਤਾਂ ਆਪਣੀ ਨੌਕਰੀ ਛੱਡ ਕੇ ਆ ਗਿਆ ਮੈਨੂੰ ਗੁਰੂ ਆਲਾ ਨਹੀਂ ਬਣ ਦਿੰਦੇ ਤੇ ਫਿਰ ਅਸੀਂ ਬੈਠੇ ਮੈਂ ਚਾਚਾ ਜੀ ਨੇ ਸਲਾਹ ਕੀਤੀ ਸਾਡੇ ਐਸਆਈ ਸੁਖਵਿੰਦਰ ਸਿੰਘ ਦੀ ਲਟੈਰ ਹੋਏ ਚਾਚਾ ਜੀ ਨੇ ਤੇ ਬੈਠ ਕੇ ਬਾਬਾ ਜੀ ਨਾਲ ਗੱਲ ਕੀਤੀ ਤੇ ਫਿਰ ਵੀਰ ਨੇ ਜਨਕੀ 5 ਕਿ ਮਹੀਨਿਆਂ ਤੋਂ ਰੋਜ਼ ਹੀ ਸਵੇਰੇ ਗੁਰੂ ਘਰ ਜਾ ਰਿਹਾ ਬਲਕਿ ਮੈਂ ਪਾਜੀ ਆਪਣੀ ਗੱਲ ਦਾ ਨਾ ਮੈਂ ਸਵੇਰੇ 5:30 6 ਵਜੇ ਦੇ ਵਿੱਚ ਜਾਣਾ ਪਰ ਇਹ ਵੀਰ 3:30 ਵਜੇ ਗੁਰਦੁਆਰਾ ਸਾਹਿਬ ਪਹੁੰਚਿਆ ਹੁੰਦਾ ਹੈ ਤੇ ਉਥੇ ਪਹੁੰਚ ਕੇ ਗੁਰੂ ਦੀ ਵਡਿਆਈ ਕਰਦਾ ਪਾਠ ਕਰਦਾ ਹੈ ਬਲਕਿ ਅਸੀਂ ਕਹਿੰਦੇ ਆ ਕਿ ਅਸੀਂ ਸਿੱਖ ਧਰਮ ਦੇ ਨਾਲ ਸੰਬੰਧਤ ਆ ਸਾਡੇ ਚ ਇਨੀ ਲਗਨੀ ਮੈਨੂੰ ਉੱਠਣ ਦਾ ਇਨਾ ਜਜ਼ਬਾ ਨਹੀਂ ਪਰ ਇਹ ਵੀਰ ਜਿਹੜਾ 3:30 4 ਵਜੇ ਪਹਿਲਾਂ ਉੱਠ ਕੇ ਸਾਡੇ ਤੋਂ ਪਹਿਲਾਂ ਪਹੁੰਚਿਆ ਹੁੰਦਾ ਤੇ ਇਹ ਉਹੋ ਹੀ ਕੰਮ ਕਰ ਸਕਦਾ ਜਿਹਦੇ ਤੇ ਗੁਰੂ ਮਹਾਰਾਜ ਰਾਦੀ ਕਿਲਪਾਇ ਕਾਲਪੁਰਖ ਈ ਆ ਪਾਜੀ ਇਤੋਂ ਅੱਧ ਭਾਜੀ ਮੈਂ ਕੋਈ ਨਹੀਂ ਕਹਿਣਾ ਚਾਹੁੰਦਾ ਕਿ ਇਸ ਵੀਰਾਂ ਰਹਿਣ ਡਿਆ ਅਹੀਂ ਇਹੋ ਕਹਿਣਾ ਕਿ ਇਸ ਵੀਰ ਕਰਕੇ ਸਾਨੂੰ ਵੀ ਮਹਾਰਾਜ ਪਰਮਾਤਮਾ ਅਮਰਤੀ ਦਾਸ ਬਖਸ਼ੇ ਤੇ ਅਹੀਂ ਵੀ ਸਿੰਘ ਸੱਜੀਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਦਸੀਏ ਹਾਂ ਕਿ ਇੱਕ Hindu ਵੀਰ ਜਿਹੜਾ ਹੋ ਕੇ ਸਿੰਘ ਸੱਜ ਸਕਦਾ ਤੇ ਪਰ ਅਹੀਂ ਪੰਜਾਬੀ ਲੋਕ ਕਿਉਂ ਨਹੀਂ ਸੱਜ ਸਕਦਾ ਇਹ ਮੈਂ ਨਹੀਂ ਮੈਂ ਨਹੀਂ ਹਜੇ ਤੱਕ ਸੱਜਾ ਭਾਜੀ ਮੈਂ ਕਹਣਾ ਕਿ ਹਾਂ ਮੈਂ ਸੱਜਾ ਹਾਂ ਇਹ ਕਿ ਇੱਕ ਲੋਕਾਂ ਲਈ ਬਹੁਤ ਵੱਡੀ ਪ੍ਰੇਰਨਾ ਹੈ ਜੀ ਇਹ ਬਾਬਾ ਜੀ ਸਾਡੇ ਹੈਡ ਗ੍ਰਾਂਤੀ ਸਾਹਿਬ ਬਲਬੀਰ ਸਾਹਿਬ ਆ ਇਹਨਾਂ ਕੋ ਜਦੋਂ ਵੀ ਜਾਈਏ ਇਹ ਪਿੰਡ ਦੇ ਬੱਚਿਆਂ ਨੂੰ ਬਹੁਤ ਵਧੀਆ ਗਿਆਨ ਦਿੰਦੇ ਆ ਚਾਚਾ ਜੀ ਸਾਡੇ ਐਸੇ ਲਟਾਰ ਆ ਉਹਨਾਂ ਨੇ ਅੰਮ੍ਰਿਤ ਵੇਲੇ ਜਾ ਕੇ ਕੀਰਤਨ ਕਰਨਾ ਕਿਤੇ ਵੀ ਕੀਰਤਨ ਕਰਨਾ ਹੋਏ ਪਹਿਲਾਂ ਜਾ ਕੇ ਸੇਵਾ ਦਾ ਮੌਕਾ ਦਿੰਦੇ ਭਾਜੀ ਐਹੀ ਕਰਦੇ ਹੁੰਦਾ